ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਾਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਆ ਹਾਂਜੀ ਅੱਜ ਆਪਾਂ ਲੈ ਕੇ ਆਏ ਆ ਮੰਗੋ ਠੰਡੀ ਠੰਡੀ ਖੀਰ ਸੇਵੀਆਂ ਮੰਗੋ ਠੰਡੀ ਠੰਡੀ ਖੀਰ ਆ ਜਿਹੜੀ ਅੱਜ ਆਪਾਂ ਬਣਾ ਕੇ ਦਿਖਾਵਾਂਗੇ ਤੇ ਉਮੀਦ ਕਰਦੇ ਆਂ ਕਿ ਅੱਜ ਦੀ ਮੇਰੀ ਵੀਡੀਓ ਤੁਹਾਨੂੰ ਜਰੂਰ ਪਸੰਦ ਆਉਗੀ ਪਸੰਦ ਆਈ ਤਾਂ ਤੁਸੀਂ ਪਲੀਜ਼ ਲਾਈਕ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਜੋ ਤੇ ਤੁਸੀਂ ਵੀ ਟਰਾਈ ਜਰੂਰ ਕਰਿਆ ਜੋ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕਰਕੇ ਤੇ ਕਮੈਂਟ ਕਰਕੇ ਮੈਨੂੰ ਪਲੀਜ਼ ਦੱਸਿਆ ਕਰੋ ਤੁਹਾਨੂੰ ਮੇਰੀਆਂ ਵੀਡੀਓ ਕਿਸ ਤਰ੍ਹਾਂ ਲੱਗਦੀਆਂ ਤੇ ਚਲੋ ਜੀ ਫਿਰ ਇਹ ਸਭ ਦੀ ਪਸੰਦ ਆ ਜੀ ਮੰਗੋ ਠੰਡੇ ਠੰਡੇ ਖੀਰ ਤੇ ਆਪਾਂ ਬਣਾਉਣੀ ਸ਼ੁਰੂ ਕਰਦੇ ਆਂ ਤੇ ਆਪਾਂ ਇਹਦੇ ਲਈ ਕੀ ਕੀ ਸਮਾਨ ਲਿਆਏ ਤੁਹਾਨੂੰ ਦੱਸਦੇ ਆਂ ਇਹ ਆਪਾਂ ਦੋ ਮੰਗੇਓ ਲਏ ਆ ਤੇ ਇਧਰ ਆਪਾਂ ਇੱਕ ਕੌਲੀ ਸੇਵੀਆਂ ਦੀ ਲਈ ਆ ਇਹ ਜਿਹੜੀਆਂ ਬਾਜ਼ਾਰ ਵਾਲੀਆਂ ਸੇਵੀਆਂ ਆ ਇਹ ਇੱਕ ਕੌਲੀ ਆਪਾਂ ਖੰਡ ਦੀ ਲਈ ਆ ਤੇ ਥੋੜੇ ਜਿਹਾ ਡਰਾਈ ਫਰੂਟ ਆ ਬਦਾਮ ਤੇ ਕਾਜੂ ਤੇ ਪਿਸਤਾ ਤੇ ਇਧਰ ਆਪਾਂ 1 ਲੀਟਰ ਜਿਹੜਾ 1 ਕਿਲੋ ਦੁੱਧ ਲਿਆਏ ਉਬਲਿਆ ਹੋਇਆ ਦੁੱਧ ਇਹ ਆਪਾਂ 5-6 ਲਾਈਚਾਂ ਦੇ ਕੁਛ ਦਾਣੇ ਲਏ ਆ ਹੁਣ ਆਪਾਂ ਜਿਹੜਾ ਦੁੱਧ ਗਰਮ ਹੋਣ ਲਈ ਰੱਖਾਂਗੇ ਗੈਸ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਦੁੱਧ ਨੂੰ ਗਰਮ ਕਰਦੇ ਆ ਆਪਾਂ ਜਿੰਨੀ ਦੇਰ ਆਪਣਾ ਦੁੱਧ ਗਰਮ ਹੁੰਦਾ ਉਬਾਲਾ ਆਉਂਦਾ ਉਨੀ ਦੇਰ ਆ ਜਿਹੜੀ ਆਪਾਂ ਦੂਸਰੀ ਤਿਆਰੀ ਕਰ ਲੈਨੇ ਆ ਨਾਲੇ ਤਾਂ ਆਪਾਂ ਡਰਾਈ ਫਰੂਟ ਕੱਟ ਲੈ ਕੇ ਰੱਖ ਲਵਾਂਗੇ ਨਾਲੇ ਜਿਹੜਾ ਆਪਾਂ ਮੰਗੋ ਦੇ ਆ ਪੀਸ ਆ ਜਿਹੜੇ ਉਹ ਕੱਟ ਕੇ ਰੱਖ ਲਵਾਂਗੇ ਤੇ ਇਹ ਜਿਹੜੇ ਆਪਾਂ ਡਰਾਈ ਫਰੂਟ ਆਪਾਂ ਆਪਣੀ ਮਰਜ਼ੀ ਮੁਤਾਬਕ ਪਾ ਸਕਦੇ ਆ ਇਹਦੇ ਵਿੱਚ ਆਪਾਂ ਜਿਹੜਾ ਨਾਰੀਅਲ ਦਾ ਪੂਰਾ ਵੀ ਪਾ ਸਕਦੇ ਆ ਪਾਊਡਰ ਵੀ ਤੇ ਜੋ ਵੀ ਆਪਾਂ ਨੂੰ ਡ్రਾਈ ਫਰੂਟ ਚੰਗੇ ਲੱਗਦੇ ਆ ਉਹ ਆਪਾਂ ਜਿਹੜੇ ਆ ਖੀਰ ਦੇ ਵਿੱਚ ਪਾ ਸਕਦੇ ਆ ਤੇ ਇਹਨਾਂ ਨੂੰ ਆਪਾਂ ਨੂੰ ਤਿੰਨੇ ਹੀ ਜਿਹੜੇ ਆਪਾਂ ਡ్రਾਈ ਫਰੂਟ ਆ ਪਿਸਤਾ ਹੈ ਬਦਾਮ ਆ ਕਾਜੂ ਆ ਤੇ ਬਰੀਕ-ਬਰੀਕ ਜਿਹੜਾ ਕੱਟ ਲਵਾਂਗੇ ਤੇ ਆਂਬਾ ਨੂੰ ਵੀ ਜਿਹੜਾ ਆ ਆਪਾਂ ਸ਼ੈੱਲ ਕਰਕੇ ਤੇ ਬਰੀਕ-ਬਰੀਕ ਪੀਸਾਂ ਦੇ ਵਿੱਚ ਜਿਹੜਾ ਕੱਟ ਲਵਾਂਗੇ ਲਓ ਜੀ ਇੱਧਰ ਆਪਣਾ ਦੁੱਧ ਨੂੰ ਉਬਾਲਾ ਆ ਗਿਆ ਤੇ ਇਹਦੇ ਵਿੱਚ ਮੈਂ ਇੱਕ ਕੋਲੀ ਲਈ ਆ ਵੈਸੇ ਤਾਂ ਆਪਾਂ ਜੇ ਘਰੇ ਆਪਣੇ ਸੂਜੀ ਸੂਜੀ ਤੇ ਮੈਦੇ ਵਾਲੀਆਂ ਸੇਵੀਆਂ ਹੁੰਦੀਆਂ ਘਰੇ ਵੱਟੀਆਂ ਵਾਲੀਆਂ ਆਪਾਂ ਉਹਦੇ ਤੋਂ ਵੀ ਬਣਾ ਸਕਦੇ ਹਾਂ ਉਹ ਵੀ ਸੀਗਾਂ ਪਰ ਮੈਨੂੰ ਇਹ ਲੱਗਿਆ ਕਿ ਮੈਂ ਆਖਿਆ ਚਲੋ ਮੈਂ ਅੱਜ ਇਹ ਹੀ ਸੇਵੀਆਂ ਬਣਾ ਲੈਣੀਆਂ ਫੇਵੀਆਂ ਵੀ ਇਹਨਾਂ ਨੂੰ ਕਹਿ ਦਿੰਦੇ ਆ ਤੇ ਮੈਂ ਲੈ ਚੀਤੇ ਕੁਝ ਦਾਣੇ ਜਿਹੜੇ ਇਹਨਾਂ ਨੂੰ ਮੈਂ ਕੁੱਟ ਲਿਆ ਸੀਗਾ ਤੇ ਹੁਣ ਆਪਾਂ ਉਨੀ ਦੇਰ ਇਹਨੂੰ ਪਕਾਵਾਂਗੇ ਜਿੰਨੀ ਦੇ ਸੇਵੀਆਂ ਜਿਹੜੀਆਂ ਦੁੱਧ ਦੇ ਵਿੱਚ ਫੁੱਲ ਨਹੀਂ ਜਾਂਦੀਆਂ ਦੇਖੋ ਸੇਵੀਆਂ ਜਿਹੜੀਆਂ ਆਪਣੀਆਂ ਤਕਰੀਬਨ ਪੱਕ ਕੇ ਤਿਆਰ ਆ ਤੇ ਫੁੱਲ ਲੱਗੀਆਂ ਤੇ ਹੁਣ ਇਹਦੇ ਵਿੱਚ ਆਪਾਂ ਖੰਡ ਪਾਵਾਂਗੇ ਤੇ ਕੁਛ এলাਚੀ ਦੇ ਦਾਣੇ ਮੈਂ ਪਹਿਲਾਂ ਪਾਤੇ ਸੀਗੇ ਤੇ ਇਹਦੇ ਵਿੱਚ ਆਪਾਂ ਇਹਨੂੰ 5 ਮਿੰਟ ਤੱਕ ਹੋਰ ਹਜੇ ਪਕਾਵਾਂਗੇ ਪੂਰੀ ਤਰ੍ਹਾਂ ਜਿਹੜਾ ਇਹ ਆਪਾਂ ਇਹਨੂੰ ਸੇਵੀਆਂ ਨੂੰ ਕੋਲਣ ਤੱਕ ਪਕਾਉਣਾ ਹੈ ਜਿੰਨੇ ਦੇਰ ਵਿੱਚ ਜਮਾ ਮਿਕਸ ਨਹੀਂ ਹੋ ਜਾਂਦਾ ਥੋੜਾ ਜਿਹਾ ਆਪਾਂ ਪਾਣੀ ਐਡ ਕਰ ਦਿੰਨੇ ਕਿਉਂਕਿ ਪਹਿਲਾਂ ਆਪਾਂ ਜਿਹੜਾ ਦੁੱਧ ਦੇ ਵਿੱਚ ਪਾਣੀ ਨਹੀਂ ਸੀ ਪਾਇਆ ਜੇ ਤੁਸੀਂ ਪਾਣੀ ਨਹੀਂ ਪਸੰਦ ਕਰਦੇ ਪਾਉਣਾ ਤਾਂ ਦੁੱਧ ਵੀ ਪਾ ਸਕਦੇ ਆ ਜੇ ਤੁਹਾਨੂੰ ਗਾੜੀਆਂ ਹੁੰਦੀਆਂ ਦੀਆਂ ਇਹ ਮੈਂ ਜਿੰਨੀਆਂ ਸੇਵੀਆਂ ਲਈਆਂ ਸੀ ਉਹਦੋਂ ਥੋੜੀ ਜੀ ਘੱਟ ਲਈ ਆ ਅੱਧੀ ਕੌਲੀ ਜਿਹੜੀ ਆਪਾਂ ਖਾਣ ਦੀ ਲਈ ਆ ਮਿੱਠਾ ਜਿਹੜਾ ਆਪਾਂ ਆਪਦੇ ਹਿਸਾਬ ਮੁਤਾਬਕ ਪਾਉਣਾ ਜੇ ਆਪਾਂ ਨੂੰ ਜ਼ਿਆਦਾ ਪਸੰਦ ਆ ਤਾਂ ਆਪਾਂ ਜ਼ਿਆਦਾ ਮਿੱਠਾ ਪਾ ਲਓ ਜੇ ਘੱਟ ਆ ਪਸੰਦ ਆ ਤਾਂ ਘੱਟ ਪਾ ਲਓ ਵੈਸੇ ਤਾਂ ਆਪਾਂ ਜਿਹੜੇ ਆ ਮੰਗੋ ਕੱਟ ਕੇ ਪਾਉਣੇ ਆ ਉਹ ਵੀ ਮਿੱ ਉਦੇ ਨਾਲ ਵੀ ਜਿਹੜਾ ਟੇਸਟ ਆ ਬਹੁਤ ਵਧੀਆ ਬਣ ਜਾਣਾ ਇਹਨੂੰ ਮੈਂ 5 ਮਿੰਟ ਤੱਕ ਹੋਰ ਪਕਾ ਕੇ ਤੇ ਉਸ ਤੋਂ ਬਾਅਦ ਆ ਦੇਖੋ ਮੈਂ ਇਹਨੂੰ 5 ਮਿੰਟ ਤੱਕ ਪਕਾ ਲਿਆ ਤੇ ਜਦੋਂ ਇਹ ਠੰਡਾਗਾ ਇਹਨਾਂ ਨੂੰ ਆਪਾਂ ਇੱਕ ਤੋਂ 2 ਘੰਟੇ ਤੱਕ ਇਹਨੂੰ ਪੂਰੀ ਤਰ੍ਹਾਂ ਠੰਡਾ ਕਰ ਲੈਣਾ ਸੇਵੀਆਂ ਨੂੰ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਦੁੱਧ ਪਾ ਦਿੰਨੀ ਆ ਕਿਉਂਕਿ ਇਹਨਾਂ ਨੇ ਜਦੋਂ ਆਪਾਂ ਇਹਨਾਂ ਨੂੰ ਠੰਡਾ ਕਰਾਂਗੇ ਤਾਂ ਇਹਨਾਂ ਨੇ ਗਾੜੀਆਂ ਹੋ ਜਾਣੀਆਂ ਪਈਆਂ ਨੇ ਇਸ ਤਾ ਗਾੜਾ ਹੋ ਜਾਣਾ ਤੇ ਦੁੱਧਾ ਜਿਹੜਾ ਘੜ ਜਾਣਾ ਸੇਵੀਆਂ ਨੇ ਫੁੱਲ ਜਾਣਾ ਤੇ ਇਹਨੂੰ ਮੈਂ ਇੱਕ ਤੋਂ 2 ਘੰਟੇ ਤੱਕ ਠੰਡਾ ਹੋਣ ਲਈ ਰੱਖੂੰਗੀ ਜਾਂ ਤਾਂ ਠੰਡਾ ਪਾਣੀ ਦੇ ਵਿੱਚ ਰੱਖ ਲਓ ਜਾਂ ਫਰਿੱਜ ਵਿੱਚ ਰੱਖ ਲਓ ਥੋੜੇ ਜਿਹਾ ਆਪਾਂ ਡ్రਾਈ ਫਰੂਟ ਪਾ ਦਿੰਨੇ ਆ ਇਹਦੇ ਵਿੱਚ ਤੇ ਆਪਾਂ ਜਿਹੜੀ ਇਹ ਮੰਗੋ ਖੀਰ ਬਣਾਉਣੀ ਆ ਬਿਲਕੁਲ ਠੰਡੇ ਠੰਡੇ ਖੀਰ ਬਣਾਉਣੀ ਆ ਠੰਡਾ ਪਾਣੀ ਲੈ ਕੇ ਥੋੜੀ ਆਈਸ ਪਾ ਕੇ ਤੇ ਉਹਦੇ ਵਿੱਚ ਠੰਡਾ ਕਰ ਲਓ ਤੇ ਜਾਂ ਫਿਰ ਕੁਛ ਜਦੋਂ ਠੰਡੀ ਹੁੰਦੀ ਆ ਤਾਂ ਥੋੜਾ ਟਾਈਮ ਆ ਜਿਹੜਾ ਆਪਾਂ ਇਹਨੂੰ ਫਰਿੱਜ ਵਿੱਚ ਰੱਖ ਕੇ ਤੇ ਇਸ ਨੂੰ ਜਿਹੜਾ ਠੰਡਾ ਕਰਾਂਗੇ ਲਓ ਜੀ ਮੈਂ ਗੈਸ ਬੰਦ ਕਰਤਾ ਹੁਣ ਆਪਾਂ ਠੰਡਾ ਹੋਣ ਦਾ ਵੇਟ ਕਰਦੇ ਆਂ ਇੱਧਰ ਦੇਖੋ ਮੈਂ ਨਮਕੀਨ ਸੇਵੀਆਂ ਬਣਾਈਆਂ ਇਹ ਤਾਂ ਸੂਜੀ ਮਰਦੇ ਵਾਲੀਆਂ ਨਮਕੀਨ ਸੇਵੀਆਂ ਜਿਹੜੀਆਂ ਘਰੇ ਵੱਟੀਆਂ ਹੋਈਆਂ ਤੇ ਬੱਚੇ ਕਹਿੰਦੇ ਸਾਨੂੰ ਤਾਂ ਨਮਕੀਨ ਹੀ ਬਣਾ ਦਿਓ ਅਸੀਂ ਮਿੱਠੀਆਂ ਨਹੀਂ ਖਾਣੀਆਂ ਪਰ ਉਹਨਾਂ ਨੇ ਖਾ ਹੀ ਲੈਣੀਆਂ ਕਿਉਂਕਿ ਅੱਜ ਆਪਾਂ ਮੰਗੋ ਸੇਵੀਆਂ ਖੀਰ ਬਣਾਈ ਆ ਤੇ ਨਾਲ ਉਹਨਾਂ ਨੇ ਜਿਹੜੀਆਂ ਇਹ ਥੋੜਾ ਚਟਪਟਾ ਭਾਲਦੇ ਆ ਥੋੜਾ ਮਿਰਚ ਮਸਾਲੇ ਭਾਲਦੇ ਆ ਤੇ ਮੈਂ ਸਿੰਪਲ ਹੀ ਤਰੀਕੇ ਦੇ ਨਾਲ ਬਿਨਾ ਹੋਰ ਕੁਝ ਵੈਜੀਟੇਬਲ ਪਾਇਆ ਤੇ ਮੈਂ ਨਮਕੀਨ ਸੇਵੀਆਂ ਬਣਾ ਲਈਆਂ ਲਓ ਜੀ ਇੱਧਰ ਆਪਣੇ 2 ਘੰਟੇ ਹੋ ਗਏ ਆ ਤੇ ਸੇਵੀਆਂ ਜਿਹੜੀਆਂ ਆਪਣੀਆਂ ਬਿਲਕੁਲ ਠੰਡੀਆਂ ਹੋ ਗਈਆਂ ਤੇ ਮੈਂ ਇਹਨੂੰ ਜਿਹੜਾ ਘੰਟੇ 2 ਘੰਟੇ ਵਾਸਤੇ ਫਰਿੱਜ ਵਿੱਚ ਰੱਖ ਦਿੱਤੀ ਸੀ ਪਹਿਲਾਂ ਪਾਣੀ ਦੇ ਵਿੱਚ ਰੱਖੀਆਂ ਫਿਰ ਤੇ ਮੈਂ ਇਹਨੂੰ ਫਰਿੱਜ 'ਚ ਰੱਖਤਾ ਹੀ ਠੰਡੀਆਂ ਠੰਡੀਆਂ ਹੋ ਗਈਆਂ ਹੁਣ ਤੇ ਹੁਣ ਆਪਾਂ ਜਿਹੜਾ ਥੋੜਾ ਜਿਹਾ ਦੁੱਧ ਹੋਰ ਪਾ ਲੈਨੇ ਆ ਥੋੜੇ ਜਿਹਾ ਨਰਮ ਕਰ ਲੈਨੇ ਆ ਕਿਉਂਕਿ ਉਹ ਪਈਆਂ ਪਈਆਂ ਥੋੜੀਆਂ ਗਾੜੀਆਂ ਹੋ ਗਈਆਂ ਤੇ ਹੁਣ ਆਪਾਂ ਸਰਵ ਕਰਾਂਗੇ ਤੇ ਬੱਚਿਆਂ ਨੇ ਪਹਿਲਾਂ ਤਾਂ ਨਮਕੀਨ ਹੀ ਖਾ ਲੈਣੀ ਆ ਤੇ ਆਪਾਂ ਦੂਸਰੇ ਮੰਮੀ ਹੋਣਾ ਨੂੰ ਪਹਿਲਾਂ ਇਹ ਪਾ ਕੇ ਦੇ ਦਿੰਨੇ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਮੰਗੋਆ ਕੱਟੇ ਹੋਏ ਪੀਸਾਂ ਦੇ ਵਿੱਚ ਜੇਕਰ ਤੁਸੀਂ ਮੰਗੇਓ ਪੀਸਾਂ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ ਤਾਂ ਇਹਦਾ ਜਿਹੜਾ ਇਹਨੂੰ ਪੀਸ ਕੇ ਪਲਪ ਬਣਾ ਕੇ ਵੀ ਜਿਹੜਾ ਇਹ ਆਪਾਂ ਮੰਗੇਓ ਵਿੱਚ ਪਾ ਲੈ ਪਾ ਸਕਦੇ ਹਾਂ ਪਰ ਮੈਂ ਜਿਹੜਾ ਇਹਨਾਂ ਨੂੰ ਪੀਸ ਕੇ ਨਹੀਂ ਪਾਇਆ ਮੈਨੂੰ ਇਹ ਸੀਗਾ ਵੀ ਜ਼ਿਆਦਾ ਗਾੜਾਪਣ ਜਾਂ ਬਣ ਜਾਊਗਾ ਇਸ ਕਰਕੇ ਜਿਹੜਾ ਮੈਂ ਮੰਗੇਓ ਕੱਟ ਕੇ ਹੀ ਪਾਏ ਆ ਵਿੱਚ ਛੋਟੇ ਪੀਸ ਬਣਾ ਕੇ ਤੇ ਵੈਸੇ ਤਾਂ ਆਪਾਂ ਜਿਹੜਾ ਇਹਨੂੰ ਥੋੜਾ ਜਿਹਾ ਗ੍ਰाइंड ਕਰਕੇ ਵੀ ਮੰਗੇਓ ਜਿਹੜਾ ਪਾ ਸਕਦੇ ਹਾਂ ਖੀਰ ਦੇ ਵਿੱਚ ਤੇ ਲਓ ਜੀ ਆਪਾਂ ਹੁਣ ਪਲੇਟ ਆ ਇੱਕ ਸਰਵ ਕਰ ਲਈ ਆ ਤੇ ਇਹਦੇ ਉੱਤੇ ਆਪਾਂ ਥੋੜੇ ਜਿਹਾ ਡਰਾਈ ਫਰੂਟ ਪਾ ਲਿਆ ਤੇ ਥੋੜਾ ਜਿਹਾ ਆਪਾਂ ਹੋਰ ਉੱਪਰ ਮੰਗੇਓ ਆ ਜਿਹੜਾ ਪਾ ਦਿੰਨੇ ਆ ਪੀਸ ਤਾਂ ਕਿ ਜਿਹੜਾ ਦੇਖਣ ਵਿੱਚ ਵਧੀਆ ਲੱਗੇ ਲਓ ਜੀ ਆਪਣੀ ਪਲੇਟ ਆ ਜਿਹੜੀ ਪੂਰੀ ਤਰ੍ਹਾਂ ਬਣ ਕੇ ਰੈਡੀ ਆ ਤੇ ਦੇਖਣ ਵਿੱਚ ਤਾਂ ਹਲੇ ਬਹੁਤ ਵਧੀਆ ਲੱਗਦੀ ਆ ਵੀ ਬਹੁਤ ਟੇਸਟੀ ਹੋਊਗੀ ਲਓ ਜੀ ਆਪਾਂ ਕਾਲ ਲੀਆਂ ਤੇ ਪਲੇਟ ਆ ਜਿਹੜੀਆਂ ਸਜਾਲੀਆਂ ਪਾਲੀਆਂ ਤੇ ਹੁਣ ਆਪਾਂ ਫੈਮਿਲੀ ਮੈਂਬਰ ਨੂੰ ਦੇਵਾਂਗੇ ਹਾਂਜੀ ਅੱਜ ਦੀ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਅੱਜ ਮੈਂ ਮੰਗੋ ਖੀਰ ਬਣਾ ਕੇ ਦਿਖਾਈ ਆ ਤੁਹਾਨੂੰ ਸੇਵੀਆਂ ਮੰਗੋ ਖੀਰ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਮੈਨੂੰ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਠੀਕ ਆ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ੍ਰੀ ਅਕਾਲ ਵੀਡੀਓ ਦੇਖਣ ਦਾ ਤੁਹਾਡਾ ਬਹੁਤ